ਭੈਣ ਭਰਾ ਦਾ ਰਿਸ਼ਤਾ ਕਿ ਐਡਾ ਕਮਜ਼ੋਰ ਹੈ ਕਿ ਉਹਨੂੰ ਕਿਸੇ ਧਾਗੇ ਦੀ ਜ਼ਰੂਰਤ ਹੈ ਸਭ ਜਿਹੜੇ ਸਿੱਖ ਹੈ ਉਹ ਆਪਸ ਵਿੱਚ ਭੈਣ ਭਰਾ ਵੈ ਉਹਨਾਂ ਨੂੰ ਕਿਸੇ ਧਾਗੇ ਦੀ ਕਿਸੇ ਬੰਨਣ ਦੀ ਜ਼ਰੂਰਤ ਨਹੀਂ ਹੈ ਇੱਕ ਫਜ਼ੂਲ ਰਸਮ ਹੈ ਜਿਹੜੀ ਕਿ ਸਿੱਖਾਂ ਵਿੱਚ ਵੜੀ ਜਾ ਰਹੀ ਹੈ ਸਿੱਖ ਵੀ ਇਸ ਰਸਮ ਨੂੰ ਮਨਾਉਣਾ ਸ਼ੁਰੂ ਹੋ ਗਏ ਹੈ ਸੋ ਅੱਜ ਦੀ ਵੀਡੀਓ ਵਿੱਚ ਅਸੀਂ ਇਹਦੇ ਬਾਰੇ ਜਾਣਾਂਗੇ ਸੋ ਚੱਲ ਕੇ ਵੀਡੀਓ ਦੇਖਦੇ ਹਾਂ 2 ਕੁਝ ਦਿਨ ਪਹਿਲਾਂ ਰਖੜੀ ਦੇ ਉੱਤੇ ਇੱਕ ਵੀਡੀਓ ਬਣਾਈ ਸੀ ਜਿਹਦੇ ਵਿੱਚ ਰਖੜੀ ਦੀ ਸਚਾਈ ਦੱਸੀ ਸੀ ਜੇ ਤੁਸੀਂ ਵੀਡੀਓ ਨਹੀਂ ਵੇਖੀ ਹੈ ਤੇ ਤੁਹਾਨੂੰ ਜ਼ਰੂਰ ਵੇਖਣੀ ਚਾਹੀਦੀ ਹੈ ਰਖੜੀ ਦੀ ਸਚਾਈ ਦੇ ਨਾਲ-ਨਾਲ ਉਹਦੇ ਵਿੱਚ ਹੋਰ ਵੀ ਰਖੜ ਪੁੰਨਿਆਂ ਦਾ ਇਤਿਹਾਸ ਤੇ ਜ਼ਰੂਰੀ ਗੱਲਾਂ ਸਨ ਇਹ ਵੀਡੀਓ ਬਣਾਉਣ ਦਾ ਮਕਸਦ ਤੁਹਾਨੂੰ ਵੀਡੀਓ ਸੁਣਨ ਤੋਂ ਬਾਅਦ ਹੀ ਪਤਾ ਲੱਗੇਗਾ ਕੀ ਹੈ ਹੁਣ ਜਿਹੜੇ ਰਖੜੀ ਮਨਾ ਰਹੇ ਨੇ ਇਹ ਰਖੜੀ ਉਹਨਾਂ ਨੂੰ ਹੀ ਮੁਬਾਰਕ ਹੈ ਜਿਹੜੇ ਮਨਾਉਂਦੇ ਨੇ ਤੇ ਜਿਨ੍ਹਾਂ ਦਾ ਤਿਉਹਾਰ ਹੈ ਪਰ ਜੇ ਸੇਖ ਆਖਣ ਵੀ ਹੁਣ ਭੈਣ ਭਰਾ ਦਾ ਰਿਸ਼ਤਾ ਮੁੱਕ ਨਾ ਜਾਵੇ ਕਿਤੇ ਖਤਮ ਨਾ ਹੋ ਜਾਵੇ ਜਲਦੀ ਨਾ ਜਾ ਕੇ ਭੈਣਾ ਜੜੀਆਂ ਨੇ ਭਰਾਵਾਂ ਨੂੰ ਰਖੜੀ ਬੰਨ੍ਹ ਦੇਣ ਕੀ ਪਤਾ ਹੋ ਸਕਦਾ ਦੁਨੀਆ ਵਾਲੇ ਕਹਿ ਦੇਣ ਵੀ ਇਹ ਭੈਣ ਭਰਾ ਨਹੀਂ ਹਨ ਕਿਤੇ ਨਾ ਕਿਤੇ ਇਸ ਤਰ੍ਹਾਂ ਦੀ ਚਿੰਤਾ ਜਿਹੜੀ ਹੈ ਅੰਦਰ ਖਾਤੇ ਚਲਦੀ ਹੋਵੇਗੀ ਸ਼ਾਇਦ ਤਾਂ ਹੀ ਰਖੜੀ ਜਿਹੜੀ ਹੈ ਇਹ ਸਿਖਾਂ ਨੇ ਵੀ ਆਪਣੇ ਵਿੱਚ ਬਾੜੀ ਹੋਈ ਹੈ ਜਿਸ ਬਾਰੇ ਇਸ ਵੀਡੀਓ ਵਿੱਚ ਦੱਸਣ ਜਾ ਰਹੇ ਆਂ ਕਿ ਰਖੜੀ ਵਾਲੇ ਦਿਨ ਜਿੱਥੇ ਇੱਕ ਲੜਕੀ ਲੜਕੇ ਨੂੰ ਰਖੜੀ ਬੰਨ੍ਹਦੀ ਹੈ ਭੈਣ ਭਰਾ ਨੂੰ ਰਖੜੀ ਬੰਨ੍ਹਦੀ ਹੈ ਉੱਥੇ ਲੋਕ ਗੁਰੂ ਸਾਹਿਬ ਦੀ ਗੱਲ ਤਾਂ ਉਹਨਾਂ ਨੇ ਕੀ ਮੰਨਣੀ ਸੀ ਗੁਰਬਾਣੀ ਦੀਆਂ ਗੱਲਾਂ ਗੁਰਬਾਣੀ ਦੀਆਂ ਵਿਚਾਰਾਂ ਗੁਰਮਤ ਦੇ ਸੂਲ ਤੇ ਗੁਰੂ ਸਾਹਿਬ ਦੀ ਦਰਸਾਈ ਹੋਈ ਰਹਿਤ ਮਰਿਆਦਾ ਨੂੰ ਇਹਨਾਂ ਨੇ ਕੀ ਫਾਲੋ ਕਰਨਾ ਸਗੋਂ ਉਲਟਾ ਤਾਨ ਸਹਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੂੰ ਜਾ ਕੇ ਬੀਬੀਆਂ ਨੂੰ ਵੇਖਿਆ ਗਿਆ ਹੈ ਵੀ ਰਖੜੀ ਘਰੋਂ ਲੈ ਜਾਣਗੀਆਂ ਨਾਲ ਇੱਕ ਡੱਬਾ ਮਠਾਈ ਦੀਆਂ ਕੁਝ ਲੈ ਜਾਂਦੀਆਂ ਨੇ ਕਈ ਤੇ ਜਿੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਪ੍ਰਕਾਸ਼ਮਾਨ ਹਨ ਜਿਸ ਪੀੜੇ ਉੱਤੇ ਉਸ ਪੀੜੇ ਨੂੰ ਜਾ ਕੇ ਰਖੜੀ ਬੰਨ੍ਹਦੀਆਂ ਨੇ ਤੇ ਕਈ ਬਾਹਰ ਨਿਸ਼ਾਨ ਸਾਹਿਬ ਨੂੰ ਮੱਥਾ ਟੇਕ ਕੇ ਨਾਲ ਹੀ ਰਖੜੀ ਬੰਨ੍ਹ ਦਿੰਦੀਆਂ ਨੇ ਵੀ ਨਿਸ਼ਾਨ ਸਾਹਿਬ ਵੀ ਸਾਡਾ ਭਰਾ ਹੈ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਡੇ ਭਰਾ ਨੇ ਕਈ ਏਦਾਂ ਬਾਨਾ ਮਾਰਦੇ ਨੇ ਹੁਣ ਇਹਨਾਂ ਮੂਰਖਾਂ ਦੀ ਮੰਨੀਏ ਤੇ ਕੱਲ ਨੂੰ ਇਹ ਵੀ ਕਹਿਣਗੇ ਵੀ ਅਸੀਂ ਕਰਵਾ ਚੌਥ ਆਪਣੇ ਪਤੀ ਵਾਸਤੇ ਰੱਖਦੀਆਂ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਡੇ ਪਤੀ ਵੀ ਨੇ ਤੇ ਹਵਾਲਾ ਗੁਰਬਾਣੀ 'ਚ ਵੀ ਦੇ ਸਕਦੇ ਨੇ ਇਹੋ ਜਿਹੇ ਲੋਕ ਕਹਿਣ ਦਾ ਭਾਵ ਜਿਨ੍ਹਾਂ ਕਰਮਾਂ ਕਾਂਡਾਂ ਤੋਂ ਵਿਹਿਮਾਂ ਪਰਮਾਂ ਤੋਂ ਗੁਰੂ ਸਾਹਿਬ ਨੇ ਸਾਨੂੰ ਛੁਡਵਾਇਆ ਹੈ ਤੇ ਸੁਚੇਤ ਕੀਤਾ ਹੈ ਤੇ ਸਿੱਖ ਅੱਜਕੱਲ ਦੇ ਉਲਟਾ ਹੀ ਸਮਝਣ ਦੀ بجائے ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨਵੀਂ ਵਹਿਮ ਭਰਮਾਂ ਦੇ ਨਾਲ ਹੀ ਤੋਲ ਰਹੇ ਨੇ ਇਹ ਬੜੀ ਭੈੜੀ ਕੁਰੀਤੀ ਹੈ ਗ੍ਰੰਥੀ ਸਿੰਘਾਂ ਨੂੰ ਵੀ ਬੇਨਤੀ ਹੈ ਜਿਹੜੇ ਤੇ ਨੀਮੀ ਪ੍ਰੇਮੀ ਨੇ ਉਹਨਾਂ ਨੂੰ ਛੱਡ ਕੇ ਬਾਕੀ ਸਾਰੇ ਇਸ ਚੀਜ਼ ਨੂੰ ਵਧਾਵਾ ਦੇ ਰਹੇ ਨੇ ਤੇ ਕਈ ਐਸੇ ਬੁਝਦਿਲ ਨੇ ਵੀ ਡਰਦੇ ਨੇ ਵੀ ਸਾਨੂੰ ਕਮੇਟੀਆਂ ਵਾਲੇ ਕਿਤੇ ਕਮੇਟੀ ਚੋਂ ਕੱਢ ਨਾ ਦੇਣ ਗੁਰਦੁਆਰਿਆਂੋਂ ਕੱਢ ਨਾ ਦੇਣ ਤੇ ਕਈ ਤੇ ਉਹਨਾਂ ਨੂੰ ਰਖੜੀ ਦੀ ਸਾਖੀ ਵੀ ਸੁਣਾਉਂਦੇ ਸੁਣੀ ਦੇ ਨੇ ਪੀ ਬੇਬੇ ਨਾਨਕੀ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਰਖੜੀ ਬੰਨੀ ਹੈ। ਕਿ ਤੁਸੀਂ ਵੀ ਬੰਨੋ। ਇਸ ਤਰ੍ਹਾਂ ਦੀਆਂ ਮਨਮਤਾਂ ਫਲਾਉਂਦੇ ਗ੍ਰੰਥੀ ਆਮ ਵੇਖੀ ਜਾਂਦੇ ਨੇ। ਜਿਨ੍ਹਾਂ ਨੇ ਸਖੀ ਦਾ ਪ੍ਰਚਾਰ ਕਰਨਾ ਸੀ, ਉਹ ਹੀ ਸਖੀ ਦਾ ਕਾਣ ਕਰਨ ਵਾਲੇ ਤੁਰੇ ਨੇ। ਖਾਸ ਕਰਕੇ ਰਖੜੀ ਵਾਲੇ ਦਿਨ ਜੇ ਹੋ ਸਕੇ ਤਾਂ ਲਿਖ ਕੇ ਲਾ ਦਿਓ ਕਿ ਭਾਈ ਇਹੋ ਜੀ ਮਨਮਤ ਨਾ ਕਰੋ, ਪਾਪਾਂ ਦੇ ਭਾਗੀ ਨਾ ਬਣੋ ਤੇ ਬੜੇ ਪ੍ਰੇਮ ਨਾਲ ਵੀ ਸਮਝਾਇਆ ਕਰੋ। ਜੇ ਕੋਈ ਨਾ ਸਮਝੇ ਤੇ ਵਰਜ ਵੀ ਦਿਨਾ ਚਾਹੀਦਾ ਹੈ। ਕਿਉਂਕਿ ਭਾਰੀ ਜਿਹੜੀ ਵਗਿਆ ਹੈ ਇਹ ਬੀਬੀਆਂ ਰਖੜੀ ਵਾਲੇ ਦਿਨ ਕਰਦੀਆਂ ਨੇ ਗੁਰੂ ਸਾਹਿਬ ਜੀ ਦੇ ਸਿੱਖਿਆ ਨੂੰ ਗ੍ਰਹਿਣ ਕਰਨਾ ਹੈ ਆਪਾਂ ਉਹਨਾਂ ਦਾ ਹੁਕਮ ਮੰਨਣਾ ਹੈ ਤੇ ਉਲਟਾ ਅਸੀਂ ਮਨਮਤ ਗੁਰਦੁਆਰਿਆਂ 'ਚ ਜਾ ਕੇ ਕਰ ਰਹੇ ਹਾਂ ਕਿੱਥੇ ਪਾਪਾਂ ਦੇ ਭਾਗੀ ਬਣ ਰਹੇ ਹਾਂ ਤੇ ਕਿੱਥੇ ਅਸੀਂ ਜਾ ਕੇ ਗੁਰੂ ਨੂੰ ਮੂੰਹ ਵਿਖਾਵਾਂਗੇ ਕਿਹੜਾ ਮੂੰਹ ਵਿਖਾਵਾਂਗੇ ਸੋ ਇਸ ਕਰਕੇ ਬੇਨਤੀ ਹੈ ਵੀ ਰਖੜੀ ਵਾਲੇ ਦਿਨ ਇਹੋ ਜੀ ਮਨਮਤ ਨਾ ਕਰਿਆ ਕਰੋ ਜੇ ਹੁੰਦੀ ਹੈ ਤੇ ਉਹਨੂੰ ਰੋਕਣ ਦਾ ਯਤਨ ਕਰਿਆ ਕਰੋ ਕਿਉਂਕਿ ਵਦ ਦਾ ਵਦ ਦਾ ਇੱਕ ਮਰਿਆਦਾ ਬਣ ਜਾਵੇਗੀ ਤੇ ਕੱਲ ਨੂੰ ਤੁਹਾਡੇ ਬੱਚੇ ਕਹਿਣਗੇ ਵੀ ਸਾਡੇ ਪੁਰਾਣੇ ਬਜ਼ੁਰਗ ਸਾਡੀਆਂ ਮਤਾਵਾਂ ਤੇ ਬੰਧੀਆਂ ਰਹੀਆਂ ਨੇ ਹੁਣ ਤੁਸੀਂ ਸਾਨੂੰ ਰੋਕਣ ਵਾਸਤੇ ਆ ਗਏ ਹੋ। ਨਾ ਦੋਸਤੋ ਗਿਆਨੀ ਗੁਰਪੀਰ ਸਿੰਘ ਨੇ ਅੱਜ ਦੀ ਵੀਡੀਓ ਵਿੱਚ ਬੜੀ ਵਧੀਆ ਗੱਲ ਕੀਤੀ ਹੈ ਕਿ ਜਿਹੜੇ ਰਖਣੀ ਬੰਦਨ ਮਨਾਉਂਦੇ ਆ ਸਿੱਖ ਵੀ ਮਨਾਉਂਦੇ ਆ ਉਹ ਇਹ ਇਹ ਦਿੰਦੇ ਆ ਜੀ ਕਿ ਜਿਹੜਾ ਬੀਬੀ ਨਾਨਕੇ ਸੀ ਉਹਨਾਂ ਨੇ ਗੁਰੂ ਨਾਨਕ ਸਾਹਿਬ ਨੂੰ ਰਖਣੀ ਬੰਨੀ ਹੈ। ਇਸਰਾਂ ਨੇ ਕਈ ਮਨਘੜਕ ਗੱਲਾਂ ਆਪਣੇ ਕੋ ਬਣਾ ਕੇ ਉਹ ਹੀ ਦਲੀਲ ਪੇਸ਼ ਕਰਦੇ ਆ ਇਸ ਗੱਲ ਨੂੰ ਸੱਚ ਸਾਬਤ ਕਰਨ ਦੀ ਕੋਸ਼ਿਸ਼ ਕਰਦੇ ਆ ਹਾਲਾਂਕਿ ਸਿੱਖਾਂ ਨੂੰ ਚਾਹੀਦਾ ਵੈ ਕਿ ਉਹਦਾ ਵਿਰੋਧ ਕਰਨ ਇਹ ਜਿਹੜਾ ਇੱਕ ਤਹਵਾਰ ਹਿੰਦੂਆਂ ਦਾ ਵਿੱਚ ਵੜੀ ਜਾ ਰਿਹਾ ਵੈ ਉਹਦੇ ਬਾਰੇ ਜਿਹੜੇ ਲੋਕ ਕਮਜ਼ੋਰ ਜ਼ੇਹਨ ਰਹਦੇ ਆ ਜਾਂ ਉਹਨੂੰ ਮਨਾਉਂਦੇ ਮਨਾਉਣ ਵਾਸਤੇ ਮਨਾਉਂਦੇ ਆ ਉਹਨਾਂ ਨੂੰ ਮਨਾ ਕਰਨ ਉਹਨੂੰ ਸਮਝਾਣ ਕਿ ਤੁਸੀਂ ਪਾਪ ਕਰਦੇ ਜੇ ਕਿਉਂਕਿ ਜਦੋਂ ਰਖੜੀ ਬੰਦਨ ਹੈ ਉਹ ਇੱਕ ਤਰ੍ਹਾਂ ਦਾ ਪਾਪ ਹੀ ਹੈ ਨਾ ਕਿ ਜਿਹਨੂੰ ਅਸੀਂ ਰਖਣੀ ਬਨਾਂਗੇ ਸਾਡਾ ਉਹ ਹੀ ਭਰਾ ਹੋਏਗਾ ਤੇ ਸਾਡੀ ਉਹ ਹੀ ਭੈਣ ਹੋਏਗੀ ਹੁਣ ਇੱਕ ਬੀਬੀ ਕਿੰਨੇ ਆਗ ਲੋਕਾਂ ਨੂੰ ਰਖਣੀ ਬਨ ਸਕਦੀ ਹੈ ਚੰਦ ਨੂੰ ਬਨੇਗੀ ਤੇ ਬਾਕੀ ਫਿਰ ਨੂੰ ਉਹ ਬਾਕੀ ਉਹ ਆਪਣੇ ਭਰਾ ਨਹੀਂ ਮੰਨਦੀ ਤੇ ਜਿਹੜੇ ਬੰਦੇ ਆ ਉਹਨਾਂ ਨੇ ਰਖਣੀਆਂ ਬਨੀਆਂ ਨਹੀਂ ਔਰਤਾਂ ਨੇ ਉਹਨਾਂ ਨੂੰ ਆਪਣੀ ਭੈਣ ਨਹੀਂ ਮੰਨਦੇ ਜਦਕਿ ਜਿਹੜੇ ਸਿੱਖੀਜ਼ਮ ਦੇ ਵਿੱਚ ਜਾਂ ਸਲਾਮ ਦੇ ਵਿੱਚ ਸਾਰੇ ਹੀ ਮਰਦ ਔਰਤਾਂ ਜਿਹੜੇ ਐ ਉਹ ਭੈਣ ਭਰਾ ਹੈਗੇ ਆ ਉਹ ਇੱਕ ਦੂਸਰੇ ਵਾਸਤੇ ਉਹਨਾਂ ਨੂੰ ਕਿਸੇ ਵੀ ਮੁਹਤਾਜੀ ਨਹੀਂ ਕਿ ਕਿਸੇ ਰਖਣੀ ਬੰਦਨ ਦੀ ਜਾਂ ਕਿਸੇ ਤਰ੍ਹਾਂ ਦੀ ਇਹ ਸਿਰਫ ਸਿਰਫ ਫਜ਼ੂਲ ਰਸਮਾਂ ਵੇ ਜੜੀਆਂ ਕਿ ਗੁੰਮਰਾਹ ਕਰ ਰਹੀਆਂ ਵੇ ਮਾਸ਼ਰੇ ਨੂੰ ਤੇ ਗੁੰਮਰਾਹੀ ਦੀ ਤਰਫ ਲੈ ਕੇ ਜਾਂਦੀਆਂ ਵੇ ਕਮੈਂਟ ਕਰਕੇ ਮੈਨੂੰ ਆਪਣੀ ਰਾਏ ਤੋਂ ਲਾਜ਼ਮੀ ਗਾ ਕਰਨਾ ਕਿ ਤੁਹਾਨੂੰ ਅੱਜ ਦੀ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਤੇ ਤੁਸੀਂ ਇਸ ਰਖਣੀ ਬੰਦਨ ਦਾ ਬਾਈਕਾਟ ਕਰੋਗੇ ਜਾਂ ਕਿਸ ਬੰਦਨ ਨੂੰ ਬਣਾਓਗੇ